ਇੱਕ ਵਾਰ ਇੱਕ ਚੋਰ ਜਿਹੜਾ ਕਿ ਆਪਦੀਆਂ ਕਈ ਪੀੜ੍ਹੀਆਂ ਤੋਂ ਚੋਰੀ ਦਾ ਹੀ ਕੰਮ ਕਰ ਰਿਹਾ ਸੀ, ਹੁਣ ਆਪਣੀ ਅਗਲੀ ਪੀੜ੍ਹੀ ਨੂੰ ਇਹ ਕੰਮ ਸਿਖਾਉਣ ਵਾਸਤੇ ਉਹ ਨਾਲ ਲੈ ਜਾਂਦਾ ਹੈ ਆਪਣੇ ਮੁੰਡੇ ਨੂੰ। ਅੱਧੀ ਰਾਤ ਹੋ ਗਈ, ਘਰੋਂ ਹਨੇਰੇ ਦੇ ਵਿੱਚੋਂ, ਘਰ ਨਾ ਕੋਈ ਦੀਵ ਹੈ ਨਾ ਕੋਈ ਲਾਈਟ ਹੈ, ਹਨੇਰੇ 'ਚ ਰੋਟੀ ਖਾ ਕੇ ਚੱਲ ਪਏ ਅੱਧੀ ਰਾਤ ਤੋਂ ਆਪਣੇ ਮੁੰਡੇ ਨੂੰ ਕੰਮ ਸਿਖਾਉਣ ਵਾਸਤੇ ਵੀ ਚੱਲ ਤੈਨੂੰ ਅਗਲੀ ਪੀੜ੍ਹੀ ਸਾਡੀ ਵਿਰਾਸਤ ਵਾਲਾ ਕੰਮ ਗਾਹਾਂ ਕਰੋ ਤੁਸੀਂ। ਅਤੇ ਚਲੇ ਗਏ, ਰਸਤੇ 'ਚ ਤੁਰੇ ਜਾ ਰਹੇ ਨੇ। ਅੱਧੀ ਰਾਤ ਦਾ ਸਮਾਂ, ਹਨੇਰੀ ਰਾਤ ਹੈ, ਕੀ ਦੇਖਦੇ ਨੇ, ਇੱਕ ਘਰ ਹੈ, ਦੀਵਾ ਜਲ ਰਿਹਾ ਘਰ ਕਿਸੇ ਦੇ, ਚਾਨਣ ਆ ਰਿਹਾ ਹਨੇਰੇ ਵਿੱਚੋਂ। ਅਤੇ ਚੋਰ ਦਾ ਮੁੰਡਾ ਕਹਿਣ ਲੱਗਾ, ਉਹ ਸਾਹਮਣੇ ਕੋਈ ਘਰ ਹੈ, ਦੀਵਾ ਜਲ ਰਿਹਾ, ਚੱਲ ਆਪਾਂ ਇੱਥੇ ਸ਼ੁਰੂ ਕਰੀਏ ਚੋਰੀ ਦਾ ਕੰਮ। ਚੋਰ ਦਾ ਬਾਪ ਕਹਿਣ ਲੱਗਾ, ਕਹਿੰਦਾ ਨਹੀਂ, ਕਿਉਂਕਿ ਇਹ ਘਰ ਨੂੰ ਮੈਂ ਪਹਿਲਾਂ 3-4 ਵਾਰ ਇਹਨੂੰ ਲੁੱਟ ਚੁੱਕਿਆ, ਮੈਂ ਚੋਰੀ ਕਰ ਲਈ, ਹੁਣ ਆਪਾਂ ਅੱਗੇ ਜਾਣਾ ਹੈ, ਇਸ ਘਰ ਨੂੰ ਤਾਂ ਮੈਂ ਪਹਿਲਾਂ 3-4 ਵਾਰ ਲੁੱਟ ਚੁੱਕਿਆ। ਅਤੇ ਚੋਰ ਦਾ ਮੁੰਡਾ ਬੜਾ ਹੈਰਾਨ ਹੋਇਆ ਆਪਣੇ ਬਾਪ ਦੀ ਗੱਲ ਸੁਣ ਕੇ, ਵੀ ਇਸ ਘਰ ਨੂੰ ਪਹਿਲਾਂ ਮੇਰੇ ਬਾਪ ਨੇ 3-4 ਵਾਰ ਲੁੱਟ ਲਿਆ ਅਤੇ ਇਹ ਫਿਰ ਵੀ ਇੱਥੇ ਦੀਵਾ ਜਲ ਰਿਹਾ, ਫਿਰ ਵੀ ਚਾਨਣ ਹੈ। ਅਤੇ ਆਪਣੀ ਉਹਨੂੰ ਹਾਲਾਤ ਆਪਣੇ ਯਾਦ ਆ ਗਏ ਕਿ ਅਸੀਂ ਹਜੇ ਵੀ ਹਨੇਰੇ ਵਿੱਚ ਹਾਂ, ਜਿਹੜਾ ਘਰ 4 ਵਾਰ ਲੁੱਟਿਆ ਗਿਆ ਉੱਥੇ ਹਜੇ ਵੀ ਦੀਵਾ ਜਲ ਰਿਹਾ। ਅਤੇ ਇਹ ਹਾਲਾਤ ਪੰਜਾਬ ਦੇ ਪੰਜਾਬੀਆਂ ਦੇ ਵੀ ਨੇ, ਪੰਜਾਬ ਨੂੰ ਕਿੰਨੇ ਧਾੜਵੀਆਂ ਨੇ ਲੁੱਟਿਆ, ਪੰਜਾਬੀਆਂ ਨੂੰ ਕਿੰਨੇ ਧਾੜਵੀਆਂ ਨੇ ਮਾਰਿਆ, ਅਬਦਾਲੀ ਆਇਆ, ਮੀਰ ਮੰਨੂ ਵਰਗੇ ਆਏ, ਅਹਿਮਦ ਸ਼ਾਹ ਅਬਦਾਲੀ ਵਰਗੇ ਆਏ, ਅਤੇ ਅੱਜ ਦੇ ਸਮੇਂ ਵੀ ਅਕਾਲ ਤਖ਼ਤ ਸਾਹਿਬ ਢਾ ਦਿੱਤਾ। ਪਰ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਦੀ ਵਰਸਾਈ ਹੋਈ ਹੈ, ਇੱਥੇ ਦੀਵਾ ਸਦਾ ਚੱਲਦਾ ਰਹਿੰਦਾ, ਸਦਾ ਜਗਦਾ। ਇਸ ਦੀਵੇ ਨੂੰ ਬੁਝਾਉਣ ਵਾਲਿਆਂ ਦੇ ਨਾਮ ਨਿਸ਼ਾਨ ਵੀ ਨਹੀਂ ਰਹੇ, ਪੰਜਾਬ ਨਾਲ ਪੰਜਾਬੀਆਂ ਨਾਲ ਨਫ਼ਰਤ ਕਰਨ ਵਾਲਿਆਂ ਦੇ ਨਾਮ ਨਿਸ਼ਾਨ ਵੀ ਨਹੀਂ ਰਹੇ। ਪਰ ਇਸ ਧਰਤੀ ਦਾ, ਪੰਜਾਬ ਰੂਪੀ ਇਸ ਘਰ ਦਾ ਦੀਵਾ ਸਦੀਆਂ ਤੋਂ ਚੱਲਦਾ ਆ ਰਿਹਾ, ਚੱਲ ਰਿਹਾ ਅਤੇ ਚੱਲਦਾ ਰਹੇਗਾ। ਜਿਵੇਂ ਕਿ ਇੱਕ ਢਾਡੀ ਨੇ ਵਾਰ ਗਾਈ ਸੀ ਕਿ 1 ਜੂਨ 1984 ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹੇ ਹਕੂਮਤ ਵੱਲੋਂ, ਉਹ ਢਾਡੀ ਨੇ ਗਾਇਆ, ਸ਼੍ਰੀ ਅਕਾਲ ਤਖ਼ਤ ਤੇਰੀ ਚੜ੍ਹਦੀ ਕਲਾ, ਤੈਨੂੰ ਢਾਉਣ ਵਾਲੇ ਢਹਿ ਗਏ, ਤੂੰ ਹੈ ਖੜ੍ਹੇ ਦਾ ਖੜ੍ਹਾ। ਸੋ ਇਸ ਦੀਵੇ ਨੂੰ ਬੁਝਾਉਣ ਵਾਲੇ ਬੜੇ ਆਏ, ਬੁਝਿਆ ਨਹੀਂ, ਕਿੰਨੇ ਸੰਘਰਸ਼ਾਂ ਵਿੱਚ ਦੀ ਲੰਘਿਆ। ਤੋ ਇਹ ਸਿੱਖਿਆ ਤਾਂ ਚੋਰ ਦੇ ਮੁੰਡੇ ਨੇ ਲਈ, ਉਹ ਵਾਪਸ ਚੱਲ ਗਿਆ ਆਪਦੇ ਪਿਤਾ ਨੂੰ, ਕਹਿੰਦਾ ਜਿਹੜੇ ਘਰ ਨੂੰ ਤੁਸੀਂ ਇੰਨੇ ਵਾਰ ਲੁੱਟ ਲਿਆ ਉੱਥੇ ਹਜੇ ਵੀ ਦੀਵਾ ਜਲ ਰਿਹਾ, ਪਰ ਸਾਡੇ ਘਰ ਦਾ ਦੀਵਾ ਹਜੇ ਵੀ ਨਹੀਂ ਜਲਿਆ,